दोपहरे मतलब कि 2 बजे आए हैं बंदे घर इतने खिड़की तोड़ कंधे वड़े है तो एक समान चाह के लै गए कुछ भी 5-6 तोले सोना से 50-60 हज़ार रुपया कैश है दरिया के सामने लगे कैमरा लगे उतो से वीडियो फुटेज देखिया फिर बंदे देखे उस तो टप के अंदर वड़ी जाते हैं मुड़ के 20-25 मिनट अंदर है फिर बाहर छाल मार के बाहर भज गए वह कंध टप के चोरां ने दिता वारदात नूं अंजाम घर दे विचों किते लखां दी चोरी कंध टपदियां दी सीसीटीवी वीडियो आई सामने घर दे मालिक ने कैमरे सामने किते वड्डे खुलासे श्री मुक्तसर साहिब दे अबोहर रोड गली नंबर 4 दे विचों वीरवार नूं इक घरों चोरी दा मामला सामने आया है। पुलिस ने मामले की जांच शुरू कर दी है। जानकारी अनुसार अबोहर रोड गली नंबर 4 दे वसनीक सतीश कुमार पुत्र सुरेंद्र कुमार जो कि मंडी दे विच आर्थ दा काम करदा है दोपहर वेले घरों ओह बाहर गए हुए सन मगरों कुछ व्यक्ति मेन गेट चो हुंदिया होया घर दे ड्राइंग रूम की खिड़की तोड़ के घर दे अंदर दाखिल हो गए अते 50 तो 60 हज़ार रुपए ते 5 तो 6 तोले सोना चोरी कर फरार हो गए ते नाल ही बच्चे दी गोलक भी लै गए जिस दे विच के लगभग 10 हज़ार रुपए सन। बस स्टैंड पुलिस नूं सूचित करदिया ही मौके ते पहुंचे एएसआई हरजीत सिंह ने मामले दी जांच शुरू कर दित्ती है। पुलिस जांच दौरान सीसीटीवी कैमरे च 2 व्यक्ति घर अंदर वड़दे भी नजर आ रहे ने। आओ सुनते हां की कहना है घर दे मालिक सतीश कुमार दा। ਜਿਹਨਾਂ ਆਪਣੇ ਘਰੇ ਦੁਪਹਿਰ ਤੋਂ ਮੰਡੀ ਗਏ ਸੀ ਅਤੇ ਘਰ ਦੇ ਬਾਜ਼ਾਰ ਗਏ ਹੋਏ ਸੀਗੇ ਅਤੇ ਦੁਪਹਿਰੇ ਮਤਲਬ ਕਿ 2 ਵਜੇ ਆਏ ਆ ਬੰਦੇ ਘਰ ਇੱਥੇ ਖਿੜਕੀ ਤੋੜ ਕੰਦੇ ਵੜੇ ਆ ਅਤੇ ਘਰੋਂ ਸਮਾਨ ਚੱਕ ਕੇ ਲੈ ਗਏ ਕੁਛ ਵੀ 5-6 ਤੋਲੇ ਸੋਨਾ ਸੀ 50-60 ਹਜ਼ਾਰ ਰੁਪਏ ਕੈਸ਼ ਸੀਗਾ ਅਤੇ ਮੁੜ ਕੇ ਰਹੇ ਅੰਦਰ ਧਕਣ ਰਹੇ ਆ ਅਤੇ ਬਾਹਰ ਜਾ ਕੇ ਵੇਖਿਆ ਜਦੋਂ ਆ ਕੇ ਘਰੇ 3:30 ਵਜੇ ਘਰੇ ਆਏ ਘਰ ਦੇ ਵੇਖਿਆ ਵੀ ਫੁੱਲਾ ਫੁੱਲੀ ਹੋਈ ਪਈ ਹੈ ਉਹਨੇ ਮੈਨੂੰ ਦੁਕਾਨ ਤੋਂ ਬੁਲਾਇਆ ਮੈਂ ਘਰੇ ਆ ਗਿਆ ਘਰੇ ਆ ਕੇ ਸਾਹਮਣੇ ਲੱਗਿਆ ਕੈਮਰਾ ਲੱਗਿਆ ਉੱਥੋਂ ਅਸੀਂ ਵੀਡੀਓ ਫੁਟੇਜ ਦੇਖੀਆਂ ਫਿਰ ਬੰਦੇ ਦੇਖੇ ਉੱਥੋਂ ਟੱਪ ਕੇ ਅੰਦਰ ਵੜੀ ਜਾਂਦੇ ਆ ਮੁੜ ਕੇ 20-25 ਮਿੰਟ ਅੰਦਰ ਰਹੇ ਫਿਰ ਬਾਹਰ ਛਾਲ ਮਾਰ ਕੇ ਬਾਹਰ ਭੱਜ ਗਏ ਉਹ ਨੁਕਸਾਨ ਹੋ ਗਿਆ ਜੀ ਨੁਕਸਾਨ ਜੀ 5-6 ਤੋਲੇ ਦਾ 16 ਸੋਨਾ ਅੰਦਾਜ਼ਾ ਜੀ ਅਤੇ ਕੈਸ਼ ਹੋਣਾ 50-60 ਹਜ਼ਾਰ ਰੁਪਏ ਕੈਸ਼ ਹੋਣਾ ਜੀ ਕਿੰਨੇ ਜਾਣੇ ਸੀਗੇ ਉਹ ਉੱਥੇ ਕੈਮਰੇ ਤਾਂ 2 ਜਾਣੇ ਆਈ ਜਾਂਦੇ ਆ ਜੀ 3 ਤੋਂ 4 ਜਾਣੇ ਹੋਣਗੇ ਲਾਜ਼ਮੀ ਜੀ ਕਿਉਂਕਿ ਥੱਲੇ ਚੱਕੀ ਜਾਂਦੇ ਮੁੰਡੇ ਅੰਦਰ ਪਾਈ ਸੀਗਾ ਦੋਨੋਂ ਲੱਗਦਾ ਵੀ ਉਹਨਾਂ ਨੇ ਪਹਿਲਾਂ ਕੋਈ ਇੱਥੇ ਰੈਕੀ ਕੀਤੀ ਹੈ ਜਾਂ ਕੋਈ ਬੱਚੇ ਦੱਸਦੇ ਜਦੋਂ ਨਾ ਬੱਚਾ ਬਾਜ਼ਾਰ 'ਚ ਲਾਦੇ ਮੁੰਡਾ ਨਾ ਗੇੜੇ ਮਾਰੀ ਜਾਂਦਾ ਸੀ ਇੱਥੇ ਉਦੋਂ ਖੜੇ ਖੜੇ ਉਦੋਂ 1 ਵਜੇ ਗੇਟ 'ਚ ਨਾ ਗੇੜੇ ਮਾਰੀ ਜਾਂਦੇ ਬੱਚੇ ਦੱਸਦੇ ਪਏ ਆ। A1 ਮੀਡੀਆ ਲਈ ਸ਼੍ਰੀ ਮੁਕਤਸਰ ਸਾਹਿਬ ਤੋਂ ਬੁੱਟਾ ਸਿੰਘ ਦੀ ਖਾਸ ਰਿਪੋਰਟ। ਦੁਪਹਿਰੇ ਮਤਲਬ ਕਿ 2 ਵਜੇ ਆਏ ਆ ਬੰਦੇ ਘਰ ਇੱਥੇ ਖਿੜਕੀ ਤੋੜ ਕੰਦੇ ਵੜੇ ਆ ਅਤੇ ਘਰੋਂ ਸਮਾਨ ਚੱਕ ਕੇ ਲੈ ਗਏ ਕੁਛ ਵੀ 5-6 ਤੋਲੇ ਸੋਨਾ ਸੀ 50-60 ਹਜ਼ਾਰ ਰੁਪਏ ਕੈਸ਼ ਸੀਗਾ ਦਰਿਆ ਕੇ ਸਾਹਮਣੇ ਲੱਗਿਆ ਕੈਮਰਾ ਲੱਗਿਆ ਉੱਥੋਂ ਅਸੀਂ ਵੀਡੀਓ ਫੁਟੇਜ ਦੇਖੀਆਂ ਫਿਰ ਬੰਦੇ ਦੇਖੇ ਉੱਥੋਂ ਟੱਪ ਕੇ ਅੰਦਰ ਵੜੀ ਜਾਂਦੇ ਆ ਮੁੜ ਕੇ 20-25 ਮਿੰਟ ਅੰਦਰ ਰਹੇ ਆ ਫਿਰ ਬਾਹਰ ਛਾਲ ਮਾਰ ਕੇ ਬਾਹਰ ਭੱਜ ਗਏ ਉਹ ਕੰਧ ਟੱਪ ਕੇ ਚੋਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ ਘਰ ਦੇ ਵਿੱਚੋਂ ਕਿਤੇ ਲੱਖਾਂ ਦੀ ਚੋਰੀ ਕੰਧ ਟੱਪਦਿਆਂ ਦੀ ਸੀਸੀਟੀਵੀ ਵੀਡੀਓ ਆਈ ਸਾਹਮਣੇ ਘਰ ਦੇ ਮਾਲਿਕ ਨੇ ਕੈਮਰੇ ਸਾਹਮਣੇ ਕਿਤੇ ਵੱਡੇ ਖੁਲਾਸੇ ਸ਼੍ਰੀ ਮੁਕਤਸਰ ਸਾਹਿਬ ਦੇ ਅਬੋਹਰ ਰੋਡ ਗਲੀ ਨੰਬਰ 4 ਦੇ ਵਿੱਚੋਂ ਵੀਰਵਾਰ ਨੂੰ ਇੱਕ ਘਰੋਂ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਅਬੋਹਰ ਰੋਡ ਗਲੀ ਨੰਬਰ 4 ਦੇ ਵਸਨੀਕ ਸਤੀਸ਼ ਕੁਮਾਰ ਪੁੱਤ ਸੁਰਿੰਦਰ ਕੁਮਾਰ ਜੋ ਕਿ ਮੰਡੀ ਦੇ ਵਿੱਚ ਆੜਤ ਦਾ ਕੰਮ ਕਰਦਾ ਹੈ ਦੁਪਹਿਰ ਵੇਲੇ ਘਰੋਂ ਉਹ ਬਾਹਰ ਗਏ ਹੋਏ ਸਨ ਮਗਰੋਂ ਕੁਝ ਵਿਅਕਤੀ ਮੇਨ ਗੇਟ 'ਚੋਂ ਹੁੰਦਿਆਂ ਹੋਇਆਂ ਘਰ ਦੇ ਡਰਾਇੰਗ ਰੂਮ ਦੀ ਖਿੜਕੀ ਤੋੜ ਕੇ ਘਰ ਦੇ ਅੰਦਰ ਦਾਖਲ ਹੋ ਗਏ ਅਤੇ 50 ਤੋਂ 60 ਹਜ਼ਾਰ ਰੁਪਏ ਤੇ 5 ਤੋਂ 6 ਤੋਲੇ ਸੋਨਾ ਚੋਰੀ ਕਰ ਫਰਾਰ ਹੋ ਗਏ ਤੇ ਨਾਲ ਹੀ ਬੱਚੇ ਦੀ ਗੋਲਕ ਵੀ ਲੈ ਗਏ ਜਿਸ ਦੇ ਵਿੱਚ ਕਿ ਲਗਭਗ 10 ਹਜ਼ਾਰ ਰੁਪਏ ਸਨ। ਬਸ ਸਟੈਂਡ ਪੁਲਿਸ ਨੂੰ ਸੂਚਿਤ ਕਰਦਿਆਂ ਹੀ ਮੌਕੇ ਤੇ ਪਹੁੰਚੇ ਏਐਸਆਈ ਹਰਜੀਤ ਸਿੰਘ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਜਾਂਚ ਦੌਰਾਨ ਸੀਸੀਟੀਵੀ ਕੈਮਰੇ 'ਚ 2 ਵਿਅਕਤੀ ਘਰ ਅੰਦਰ ਵੜਦੇ ਵੀ ਨਜ਼ਰ ਆ ਰਹੇ ਨੇ। ਆਓ ਸੁਣਦੇ ਹਾਂ ਕੀ ਕਹਿਣਾ ਹੈ ਘਰ ਦੇ ਮਾਲਿਕ ਸਤੀਸ਼ ਕੁਮਾਰ ਦਾ। ਜਿਹਨਾਂ ਆਪਣੇ ਘਰੇ ਦੁਪਹਿਰ ਤੋਂ ਮੰਡੀ ਗਏ ਸੀ ਅਤੇ ਘਰ ਦੇ ਬਾਜ਼ਾਰ ਗਏ ਹੋਏ ਸੀਗੇ ਅਤੇ ਦੁਪਹਿਰੇ ਮਤਲਬ ਕਿ 2 ਵਜੇ ਆਏ ਆ ਬੰਦੇ ਘਰ ਇੱਥੇ ਖਿੜਕੀ ਤੋੜ ਕੰਦੇ ਵੜੇ ਆ ਅਤੇ ਘਰੋਂ ਸਮਾਨ ਚੱਕ ਕੇ ਲੈ ਗਏ ਕੁਛ ਵੀ 5-6 ਤੋਲੇ ਸੋਨਾ ਸੀ 50-60 ਹਜ਼ਾਰ ਰੁਪਏ ਕੈਸ਼ ਸੀਗਾ ਅਤੇ ਮੁੜ ਕੇ ਰਹੇ ਅੰਦਰ ਧਕਣ ਰਹੇ ਅਤੇ ਬਾਹਰ ਜਾ ਕੇ ਵੇਖਿਆ ਜਦੋਂ ਆ ਕੇ ਘਰੇ 3:30 ਵਜੇ ਘਰੇ ਆਏ ਘਰ ਦੇ ਵੇਖਿਆ ਵੀ ਫੁੱਲਾ ਫੁੱਲੀ ਹੋਈ ਪਈ ਹੈ ਉਹਨੇ ਮੈਨੂੰ ਦੁਕਾਨ ਤੋਂ ਬੁਲਾਇਆ ਮੈਂ ਘਰੇ ਆ ਗਿਆ ਘਰੇ ਆ ਕੇ ਸਾਹਮਣੇ ਲੱਗਿਆ ਕੈਮਰਾ ਲੱਗਿਆ ਉੱਥੋਂ ਅਸੀਂ ਵੀਡੀਓ ਫੁਟੇਜ ਦੇਖੀਆਂ
ਫਿਰ ਬੰਦੇ ਦੇਖੇ ਉੱਥੋਂ ਟੱਪ ਕੇ ਅੰਦਰ ਵੜੀ ਜਾਂਦੇ ਆ, ਮੁੜ ਕੇ 20-25 ਮਿੰਟ ਅੰਦਰ ਰਹੇ ਆ, ਫਿਰ ਬਾਹਰ ਛਾਲ ਮਾਰ ਕੇ ਬਾਹਰ ਭੱਜ ਗਏ ਉਹ। ਨੁਕਸਾਨ ਹੋ ਗਿਆ ਜੀ? ਨੁਕਸਾਨ ਜੀ 5-6 ਤੋਲੇ ਦਾ ਸੋਲਾ ਸੋਨਾ ਅੰਦਾਜ਼ਾ ਜੀ, ਅਤੇ ਕੈਸ਼ ਹੋਣਾ 50-60 ਹਜ਼ਾਰ ਕੈਸ਼ ਹੋਣਾ ਜੀ। ਕਿੰਨੇ ਜਾਣੇ ਸੀਗੇ ਉਹ? ਉੱਥੇ ਕੈਮਰੇ ਤਾਂ 2 ਜਾਣੇ ਆਈ ਜਾਂਦੇ ਆ ਜੀ, 3-4 ਜਾਣੇ ਹੋਣਗੇ ਲਾਜ਼ਮੀ, ਕਿਉਂਕਿ ਥੱਲੇ ਚੱਕੀ ਜਾਂਦੇ ਮੁੰਡੇ ਅੰਦਰ ਪਾਈਆਂ ਸੀਗਾ। ਲੱਗਦਾ ਵੀ ਉਹਨਾਂ ਨੇ ਪਹਿਲਾਂ ਕੋਈ ਇੱਥੇ ਗ੍ਰੈਕੀ ਕੀਤੀ ਹੈ ਜਾਂ ਕੋਈ ਬੱਚੇ ਦੱਸਦੇ, ਜਦੋਂ ਨਾ ਬੱਚੇ ਬਾਜ਼ਾਰ 'ਚ ਨੂੰ ਲਾਦੇ ਉਹਨਾਂ ਨੇ ਗੇੜੇ ਮਾਰੀ ਜਾਂਦਾ ਸੀ ਇੱਥੇ, ਉਹਨਾਂ ਖੜੇ ਖੜੇ ਉਦੋਂ 1 ਵਜੇ ਗੇਟ 'ਚ ਨਾ ਗੇੜੇ ਮਾਰੀ ਜਾਂਦੇ ਬੱਚੇ ਦੱਸਦੇ ਪਏ ਆ। A1 ਮੀਡੀਆ ਲਈ ਸ਼੍ਰੀ ਮੁਕਤਸਰ ਸਾਹਿਬ ਤੋਂ ਬੁੱਟਾ ਸਿੰਘ ਦੀ ਖਾਸ ਰਿਪੋਰਟ।